ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਚਲੰਤ ਮਸਲੇ 'ਚ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਮਨਮੋਹਨ ਸਿੰਘ ਨੂੰ ਆਪਣੇ ਅਨੁਭਵ ਪੰਜਾਬ ਨੂੰ ਲੈ ਕੇ ਜ਼ਰੂਰ ਲਿਖਣੇ ਚਾਹੀਦੇ ਵੀ ਕੇਂਦਰ ਸਰਕਾਰ ਪੰਜਾਬ ਬਾਰੇ ਕੀ ਸੋਚਦੀ ਹੈ, ਸਿੱਖਾਂ ਬਾਰੇ ਕੀ ਨੀਤੀ ਹੈਗੀ ਕੇਂਦਰ ਸਰਕਾਰਾਂ ਦੀ, ਕੋਈ ਤਾਂ ਦੇ ਕੇ ਜਾਣ। ਲਾਲ ਕ੍ਰਿਸ਼ਨ ਅਡਵਾਨੀ ਨੇ ਇੱਕ ਕਿਤਾਬ ਲਿਖੀ ਹੈ ਦਰਬਾਰ ਸਾਹਿਬ 'ਤੇ ਅਟੈਕ ਨੂੰ ਲੈ ਕੇ। ਮੈਂ ਤੁਹਾਡੇ ਕੋਲ ਦੋਨੋਂ ਗੱਲਾਂ ਦਾ ਜਵਾਬ ਚਾਹੁੰਦਾ, ਇਸ ਤੋਂ ਬਾਅਦ ਅਸੀਂ ਅੱਗੇ ਜਾਵਾਂਗੇ ਕਿ ਜਿਹੜੀ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਆ ਜਿਹਦੇ ਵਿੱਚ ਦਰਬਾਰ ਸਾਹਿਬ 'ਤੇ ਅਟੈਕ ਨੂੰ ਉਹਨਾਂ ਨੇ ਠੀਕ ਮੰਨਿਆ ਆ, ਇਹ ਕਾਰਵਾਈ ਠੀਕ ਮੰਨੀ ਹੈ। ਦੂਸਰੇ ਪਾਸੇ ਮਨਮੋਹਨ ਸਿੰਘ ਨੂੰ ਵੀ ਕੋਈ ਇਸ ਤਰ੍ਹਾਂ ਦੀ ਕਿਤਾਬ ਨਹੀਂ ਲਿਖਣੀ ਚਾਹੀਦੀ ਜਿਹਦੇ 'ਚ ਉਹਨਾਂ ਨੂੰ ਇਹ ਹੋਵੇ ਕਿ ਅੱਗੇ ਜਾ ਕੇ ਆਪਣੇ ਤਜਰਬਾ ਸਾਂਝਾ ਕਰ ਸਕਣ ਸਿੱਖਾਂ ਨਾਲ ਕਿ ਤੁਹਾਡੇ ਬਾਰੇ ਜਿਹੜੀ ਕੇਂਦਰੀ ਰਾਜਨੀਤੀ ਹੈ ਦੇਸ਼ ਦੀ ਉਹ ਕਿਵੇਂ ਸੋਚਦੀ ਹੈ। ਦੇਖੋ, ਪਹਿਲੀ ਗੱਲ ਤਾਂ ਮੈਂ ਅਡਵਾਨੀ ਜੀ ਬਾਰੇ ਸਾਫ਼ ਕਰ ਦਿੰਦਾ ਜੀ ਕਿ ਅਡਵਾਨੀ ਜੀ ਸਾਡੇ ਬਹੁਤ ਹੀ ਬੜੇ ਲੀਡਰ ਨੇ ਜੀ, ਔਰ ਬੜੇ ਪ੍ਰੇਰਣਾ ਸਰੋਤ ਵੀ ਨੇ ਭਾਰਤੀ ਜਨਤਾ ਪਾਰਟੀ ਦੇ ਜੀ। ਉਹਨਾਂ ਦੀ ਬਹੁਤ ਤਿਆਗ ਤਪੱਸਿਆ ਜਿਹਦੇ ਕਰਕੇ ਅੱਜ ਸੱਤਾ 'ਚ ਅਸੀਂ ਬਿਲਕੁਲ, ਔਰ ਉਹਨਾਂ ਦਾ ਐਗਜੈਕਟਲੀ ਕੀ ਲਿਖਿਆ ਕਿਤਾਬ ਦੇ ਅੰਦਰ ਇਹ ਤਾਂ ਮੈਨੂੰ ਪਤਾ ਨਹੀਂ, ਹੋ ਸਕਦਾ ਕਈ ਵਾਰ ਅਸੀਂ ਕੁਛ ਚੀਜ਼ ਲਿਖਣਾ ਹੋਰ ਚਾਹੁੰਦੇ ਹਾਂ, ਉਹ ਕੁਛ ਹੋਰ ਜਾਂਦਾ ਜੇ ਅੱਧੀ ਪੜ੍ਹ ਲਈਏ ਤਾਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਇਹ ਮਤ ਤਾਂ ਹੈ ਕਿ ਵੀ ਆਤੰਕਵਾਦ ਦੇ ਖਿਲਾਫ਼ ਬਿਨਾਂ ਕਿਸੇ ਡਿਸਟਿੰਕਸ਼ਨ ਤੋਂ ਕਿ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਕੌਣ, ਉਹ ਮਾਨਵਤਾ ਦੇ ਦੁਸ਼ਮਣ ਨੇ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਗਿਆ ਦੇ ਖਿਲਾਫ਼ ਨਹੀਂ ਕੀਤੀ? ਹਾਂਜੀ, ਪ੍ਰਗਿਆ ਦੇ ਖਿਲਾਫ਼ ਨਹੀਂ ਕੀਤੀ, ਪ੍ਰਗਿਆ ਆਤੰਕਵਾਦੀ ਹੈ ਹੀ ਨਹੀਂ। ਅੱਛਾ, ਠੀਕ ਹੈ। ਔਰ ਦੂਸਰੀ ਗੱਲ, ਉਹ ਸਾਡੀ ਸਨਮਾਨਯੋਗ ਸੰਸਦ ਸਦੱਸ਼ ਮੈਂਬਰ ਆ ਪਾਰਲੀਮੈਂਟ ਦੀ, ਹੋਲੀ ਸਦਨ ਦੀ, ਔਰ ਮੈਂ ਇਹ ਸਮਝਦਾ ਕਿ ਅਡਵਾਨੀ ਜੀ ਦਾ ਜੇ ਕੋਈ ਇੱਦਾਂ ਦੀ ਚੀਜ਼ ਲਿਖੀ ਵੀ ਹੈ ਤਾਂ ਉਹ ਆਪਣਾ ਨਿੱਜੀ ਰਾਏ ਹੋ ਸਕਦੀ ਆ ਜੀ, ਭਾਰਤੀ ਜਨਤਾ ਪਾਰਟੀ ਦਾ ਉਹ ਕੋਈ ਮਤ ਨਹੀਂ ਹੈ। ਠੀਕ ਹੈ, ਔਰ ਅਸੀਂ ਪੂਰਾ ਸਤਿਕਾਰ ਕਰਦੇ ਹਾਂ ਸਿੱਖ ਧਰਮ ਦਾ ਵੀ ਬਿਲਕੁਲ, ਔਰ ਸਿੱਖ ਸੰਸਥਾਵਾਂ ਦਾ ਵੀ, ਹਾਲਾਂਕਿ ਕੁਛ ਲੋਕ ਸਿੱਖਾਂ ਦੇ ਵਿੱਚੋਂ ਹੀ ਉਹਨਾਂ ਦਾ ਸਤਿਕਾਰ ਅਤੇ ਸਨਮਾਨ ਨਹੀਂ ਕਰਦੇ, ਉਹ ਅਲੱਗ ਗੱਲ ਆ ਉਹਨਾਂ ਦਾ ਨਜ਼ਰੀਆ ਦੇਖਣ ਦਾ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਹੈ ਕਿ ਮਨਮੋਹਨ ਸਿੰਘ ਜੀ ਦੇ ਬਾਰੇ 'ਚ, ਮਨਮੋਹਨ ਸਿੰਘ ਜੀ ਨੂੰ ਜ਼ਰੂਰ ਲਿਖਣਾ ਜ਼ਰੂਰ ਚਾਹੀਦਾ, ਹੁਣ ਉਹ ਇੰਨੇ ਵਿਦਵਾਨ ਔਰ ਇੰਨਾ ਬੜਾ ਉਹਨਾਂ ਦਾ ਸਟੇਟਸ ਆ, ਅਸੀਂ ਉਹਨਾਂ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਇਹ ਲਿਖੋ, ਅਤੇ ਉਹ ਜੇ ਲਿਖ ਦੇਣਗੇ ਤਾਂ ਅੱਛੀ ਗੱਲ ਆ। ਜਿਸ ਤਰ੍ਹਾਂ ਕਾਂਗਰਸ ਦਾ ਜਿਹੜਾ ਚਿਹਰਾ ਬੇਨਕਾਬ ਹੋਇਆ ਸਰਦਾਰ ਮਨਮੋਹਨ ਸਿੰਘ ਦੇ ਲਿਖ ਬੋਲਣ ਤੋਂ ਬਾਅਦ, ਇੰਨਾ ਬੜਾ ਕਾਂਗਰਸ ਦਾ ਮਤਲਬ ਉਸ ਗੱਲ 'ਤੇ ਮੋਹਰ ਲੱਗ ਗਈ ਕਿ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਆ, ਔਰ ਉਹਨਾਂ ਨੇ ਇਹ ਦੰਗੇ ਕਰਵਾਏ, ਇਹ ਵੀ ਇਸ ਤੋਂ ਸਮਝ ਹੋ ਗਿਆ, ਬਿਲਕੁਲ ਦੰਗੇ ਨਹੀਂ ਨਸਲਕੁਸ਼ੀ ਕਰਵਾਈ, ਬਿਲਕੁਲ। ਅਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਮਨਮੋਹਨ ਸਿੰਘ ਜੀ ਲਿਖਣ ਜਾਂ ਨਾ ਲਿਖਣ, ਪਰ ਕਾਂਗਰਸ ਨੂੰ ਕਦੇ ਵੀ ਖਾਲਸਾ ਮਾਫ਼ ਨਹੀਂ ਕਰ ਸਕਦਾ। ਇਹ ਗੱਲ ਠੀਕ ਆ। ਮੈਂ ਦਰਅਸਲ ਇਹ ਮਾਮਲਾ ਇਸ ਕਰਕੇ ਉਠਾਇਆ ਪੀਰ ਮੋਹਿੰਦ ਜੀ ਕਿ ਡਾਕਟਰ ਮਨਮੋਹਨ ਸਿੰਘ ਜੇ ਕੁਝ ਇਸ ਤਰ੍ਹਾਂ ਦਾ ਲਿਖ ਕੇ ਜਾਂਦੇ ਆ ਤਾਂ ਉਹ ਇੱਕ ਬਹੁਤ ਵੱਡਾ ਇਤਿਹਾਸਿਕ ਦਸਤਾਵੇਜ਼ ਵੀ ਹੋਊਗਾ ਔਰ ਇੱਕ ਦਿਸ਼ਾ ਵੀ ਨਿਰਧਾਰਿਤ ਹੋ ਸਕਦੀ ਹੈ ਕਿ ਪੰਜਾਬ ਨੂੰ ਕਿਸ ਦਿਸ਼ਾ ਵੱਲ ਚੱਲਣਾ ਚਾਹੀਦਾ, ਕਿਉਂਕਿ ਹਮੇਸ਼ਾ ਇੱਕ ਰਿਹਾ ਆ, ਅਸੀਂ ਹਮੇਸ਼ਾ ਕਹਿੰਦੇ ਰਹੇ ਕਿ ਪੰਜਾਬ ਨਾਲ ਕੇਂਦਰ ਧੱਕਾ ਕਰ ਰਿਹਾ, ਧੱਕਾ ਕਰ ਰਿਹਾ। ਇਹ ਸੱਚਾਈ ਮਨਮੋਹਨ ਸਿੰਘ ਜੇ ਹੁਣ ਜ਼ੁਬਾਨ ਖੋਲ੍ਹੀ ਹੈ ਤਾਂ ਇਹ ਵੀ ਸੱਚਾਈ ਮਨਮੋਹਨ ਸਿੰਘ ਨੂੰ ਸਾਹਮਣੇ ਲਿਆਉਣੀ ਚਾਹੀਦੀ ਹੈ। ਦੇਖੋ, ਗੱਲ ਇਹ ਆ ਕਿ ਇਕੱਲਾ ਡਾਕਟਰ ਮਨਮੋਹਨ ਸਿੰਘ ਦੀ ਗੱਲ ਨਹੀਂ ਹੈ, ਜਿੰਨੇ ਵੀ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਬਿਊਰੋਕਰੇਟ ਨੇ ਜਦੋਂ ਇਹ ਆਪਣੀ ਜੌਬ ਤੋਂ ਪਾਸੇ ਹਟਦੇ ਨੇ, ਰਿਟਾਇਰਡ ਹੋ ਜਾਂਦੇ ਨੇ, ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਬੜੇ ਵੱਡੇ ਖੁਲਾਸੇ ਕਰਦੇ ਨੇ, ਪਰ ਰਾਜਨੀਤੀ ਬੜੇ ਬਹੁਤ ਖੁਲਾਸੇ ਕੀਤੇ ਜਾਂਦੇ ਆ। ਪਰ ਜਿਹੜਾ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਜਦੋਂ ਇਸ ਤਰ੍ਹਾਂ ਦਾ ਬਿਆਨ ਆ ਜਾਂਦਾ, ਉਸ ਤੋਂ ਬਾਅਦ ਜਿਹੜੇ ਜ਼ਖਮ ਨੇ ਨਾ ਉਹ ਫਿਰ ਤਾਜ਼ਾ ਹੋ ਜਾਂਦੇ ਆ, ਅਤੇ ਉਹ ਲੋਕ ਜਿਹੜੇ ਲਗਾਤਾਰ ਇਸ ਗੱਲ ਦੀ ਮੰਗ ਕਰਦੇ ਆ ਰਹੇ, ਜਿਨ੍ਹਾਂ ਦੇ ਵਿੱਚ ਅਸੀਂ ਆਪ ਵੀ ਸ਼ਾਮਿਲ ਹਾਂ, ਕਿ ਇਹ ਇੱਕ ਯੋਜਨਾਬੰਦ ਢੰਗ ਦੇ ਨਾਲ ਇੱਕ ਸਟੇਟ ਸਪੋਂਸਰਡ ਜਿਹੜਾ, ਜਿਹਨੂੰ ਟੈਰੋਰਿਜ਼ਮ ਕਹਿ ਸਕਦੇ ਹਾਂ, ਜਿਹਨੂੰ ਜੈਨੋਸਾਈਡ ਕਹਿ ਸਕਦੇ ਹਾਂ, ਜਿਹਨੂੰ ਨਸਲਕੁਸ਼ੀ ਕਹਿ ਸਕਦੇ ਹਾਂ, ਮੈਸੈਕਰ ਕਹਿ ਸਕਦੇ ਹਾਂ, ਇਹ ਸਾਰੇ ਸ਼ਬਦ ਜਿਹੜੇ ਆ ਇਹ ਵਰਤੇ ਜਾ ਸਕਦੇ ਆ ਅਤੇ ਵਰਤੇ ਜਾ ਰਹੇ ਨੇ। ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਜਦੋਂ ਦੋ ਫਿਰਕੇ ਲੜਦੇ ਨੇ ਤਾਂ ਦੋਨਾਂ ਫਿਰਕਿਆਂ ਦਾ ਨੁਕਸਾਨ ਹੁੰਦਾ, ਇੱਥੇ ਕਿਸੇ ਹਿੰਦੂ ਦਾ ਨੁਕਸਾਨ ਨਹੀਂ ਹੋਇਆ, ਇੱਥੇ ਕੇਵਲ ਅਤੇ ਕੇਵਲ ਸਿੱਖਾਂ ਦਾ ਨੁਕਸਾਨ ਹੋਇਆ, ਕਿਸੇ ਮੁਸਲਮਾਨ ਦਾ, ਕਿਸੇ ਈਸਾਈ ਦਾ ਨਹੀਂ ਹੋਇਆ, ਬਕਾਇਦਾ ਮਾਰਕ ਕੀਤੇ ਗਏ ਘਰ, ਔਰ ਇੱਕ ਹਬਸ਼ ਸੀ ਕਿ ਅਸੀਂ ਆਪਣਾ ਵੋਟ ਬੈਂਕ ਪੱਕਾ ਕਰਨਾ, ਔਰ ਬਹੁ ਗਿਣਤੀ ਲੋਕਾਂ ਦੇ ਵਿੱਚ ਇੱਕ ਜ਼ਹਿਰ ਫੈਲਾਇਆ ਗਿਆ ਜਿਹੜਾ ਅਜੇ ਤੱਕ ਵੀ ਨਿਰੰਤਰ ਜਾਰੀ ਹੈ ਕਿ ਜਿਹੜੇ ਸਰਦਾਰ ਨੇ ਆਤੰਕਵਾਦੀ ਨੇ, ਦਹਿਸ਼ਤਗਰਦ ਨੇ, ਇਹ ਜੀ ਦੇਸ਼ ਲਈ ਬੜਾ ਖਤਰਾ ਨੇ, ਇਹ ਜਿਹੜੀ ਉਸ ਵੇਲੇ ਇੱਕ ਸਾਜਿਸ਼ ਰਚੀ ਗਈ ਸੀ, ਉਸੇ ਸਾਜਿਸ਼ ਤਹਿਤ ਤੁਸੀਂ ਦੇਖੋ ਜਦੋਂ 84 ਦੇ ਵਿੱਚ ਪਾਰਲੀਮੈਂਟ ਚੋਣਾਂ ਹੋਈਆਂ ਨੇ ਅਤੇ ਉਸ ਵਕਤ ਅੱਜ ਤੱਕ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਕਿ ਕਾਂਗਰਸ ਕਈ ਸਾਲ ਰਾਜ ਕਰਦੀ ਰਹੀ ਇਸ ਦੇਸ਼ ਦੇ ਉੱਤੇ,
ਜਦੋਂ ਦੇਸ਼ ਆਜ਼ਾਦ ਹੋਇਆ ਸਭ ਤੋਂ ਜ਼ਿਆਦਾ ਰਾਜ ਜਿਹੜਾ ਕਾਂਗਰਸ ਪਾਰਟੀ ਨੇ ਕੀਤਾ, ਪਰ ਇੰਨਾ ਬਹੁਮਤ ਜਦੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਾਰਲੀਮੈਂਟ ਬਣੀ ਸੀ ਉਦੋਂ ਵੀ ਨਹੀਂ ਸੀ ਇੰਨਾ ਫਤਵਾ ਮਿਲਿਆ ਜਿੰਨਾ ਫਤਵਾ ਜਿਹੜਾ ਨਵੰਬਰ 84 ਅਤੇ ਜੂਨ 84 ਦਾ ਹਮਲਾ ਕਰਨ ਤੋਂ ਬਾਅਦ ਕਾਂਗਰਸ ਨੂੰ ਮਿਲਿਆ। ਸੋ ਕਾਂਗਰਸ ਦੇ ਅੰਦਰ ਜਿਹੜੀ ਫਿਰਕੂ ਸੋਚ ਸੀ ਜਿਸ ਨੇ ਇੱਕ ਇਹ ਪਲੈਨਿੰਗ ਤਿਆਰ ਕੀਤੀ ਸੀ ਕਿ ਅਸੀਂ ਮੁੱਠੀ ਭਰ ਸਿੱਖ ਜਿਹੜੇ ਆ ਜਿਹੜੇ 2% ਨੇ ਉਹਨਾਂ ਨੂੰ ਸਬਕ ਸਿਖਾ ਕੇ ਅਤੇ ਬਹੁ ਗਿਣਤੀ ਦੇ ਵਿੱਚ ਇਹ ਪ੍ਰਚਾਰ ਕਰਕੇ ਕਿ ਇਹ ਦੇਸ਼ ਲਈ ਖਤਰਾ ਨੇ, ਅਤੇ ਉਹ ਜਿਹੜੀਆਂ ਕੁਰਬਾਨੀਆਂ ਨੂੰ ਉਹਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਗਿਆ ਕਿ ਜਿਨ੍ਹਾਂ ਨੇ 99% ਕੁਰਬਾਨੀਆਂ ਦੇ ਕੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਕੰਮ ਕੀਤਾ ਸੀ ਉਹਨਾਂ ਨੂੰ ਦੇਸ਼ ਭਗਤ ਕਹਿਣ ਦੀ ਬਜਾਏ ਉਹਨਾਂ ਨੂੰ ਗਦਾਰ ਕਿਹਾ ਗਿਆ, ਸਰਦਾਰ ਏ ਗਦਾਰ ਏ, ਉਹਦਾ ਜਿਹੜਾ ਵੀ ਇੱਥੇ ਕੋਈ ਰਹਿਣ ਲਈ ਨਹੀਂ ਉਹਨੂੰ ਪਾਕਿਸਤਾਨ ਧੱਕ ਦਿਓ, ਉਹਨੂੰ ਇੰਝ ਕਰ ਦਿਓ, ਇਹ ਜਿਹੜੀ ਸ਼ਬਦਾਵਲੀ ਸੀ। ਇਸ ਵਾਸਤੇ ਅਸੀਂ ਵਾਰ ਵਾਰ ਕਹਿੰਦੇ ਆ ਰਹੇ ਹਾਂ ਕਿ ਜਿੰਨੀ ਦੇਰ ਤੱਕ ਦੇਸ਼ ਦੇ ਅੰਦਰ ਫਿਰਕਾ ਪ੍ਰਸਤੀ, ਹੁਣ ਅਡਵਾਨੀ ਜੀ ਦੀ ਗੱਲ ਏ, ਅਡਵਾਨੀ ਜੀ ਕਿਉਂ ਨਹੀਂ ਸਫਲ ਹੋ ਸਕੇ, ਕਿਉਂ ਨਹੀਂ ਪ੍ਰਧਾਨ ਮੰਤਰੀ ਬਣ ਸਕੇ? ਕਿਉਂਕਿ ਫਿਰਕੂ ਸੋਚ ਵਾਲਾ ਮਨੁੱਖ ਜਿਹੜਾ ਹੈ ਉਹ ਆਪਣੀ ਸਕੀਰਨ ਸੋਚ ਕਰਕੇ ਕਦੇ ਵੀ ਅੱਗੇ ਨਹੀਂ ਵੱਧ ਸਕਦਾ। ਕਿਸੇ ਵੀ ਦੇਸ਼ ਦੇ ਅੰਦਰ ਜਿੱਥੇ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਉੱਥੇ ਤੁਸੀਂ ਡਿਕਟੇਟਰਸ਼ਿਪ ਦੇ ਨਾਲ ਇੱਕ ਕੌਮ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਹੋ ਤਾਂ ਸਬਕ ਸਿਖਾਉਣ ਵਾਲੇ ਕਦੇ ਵੀ ਖਾਲਸੇ ਦੇ ਅੱਗੇ ਟੇਕ ਨਹੀਂ ਸਕੇ। ਉਹ ਚਾਹੇ ਮੱਸਾ ਰੰਗੜ ਹੋਵੇ, ਚਾਹੇ ਅਬਦਾਲੀ ਹੋਵੇ, ਚਾਹੇ ਇੰਦਰਾ ਗਾਂਧੀ ਹੋਵੇ, ਚਾਹੇ ਕੋਈ ਵੀ ਹੋਵੇ। ਠੀਕ ਹੈ ਜੀ, ਇਸ ਕਰਕੇ ਇਹ ਘਟਨਾ। ਗਿੱਲ ਸਾਹਿਬ, ਗੱਲ ਤੁਸੀਂ ਚਲਾਈ ਸੀ ਬੜੀ ਅੱਛੀ ਗੱਲ ਸੀ, ਉਹਦਾ ਜਵਾਬ ਕੋਈ ਮੈਨੂੰ ਤਸੱਲੀ ਬਖਸ਼ ਨਹੀਂ ਮਿਲਿਆ ਕਿ ਇਸ ਸਮੇਂ ਆ ਕੇ ਜਿਹੜਾ ਇਹ ਬਿਆਨ ਦਿੱਤਾ ਗਿਆ ਮਨਮੋਹਨ ਸਿੰਘ ਦਾ, ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਹੈ, ਇਹਦੇ ਪਿੱਛੇ ਰਾਜਨੀਤੀ ਕੀ ਹੋ ਸਕਦੀ ਹੈ? ਦੇਖੋ, ਕਾਰਨ ਇਹਦੇ 'ਚ ਪੀਰ ਮੁਹੰਮਦ ਸਾਹਿਬ ਨੇ ਜਿਹੜਾ ਦੱਸਿਆ ਇੱਕ ਕਾਰਨ, ਆਤਮਾ 'ਤੇ ਬੋਝ, ਉਹ ਵੀ ਇੱਕ ਹੋ ਸਕਦਾ। ਨਹੀਂ, ਪਰ ਇਹ ਰਾਜਨੀਤੀ ਨਹੀਂ, ਇਹ ਰਾਜਨੀਤਿਕ ਨਹੀਂ, ਇਹ ਰਾਜਨੀਤੀ ਨਹੀਂ। ਰਾਜਨੀਤਿਕ ਜਿਹੜੀ ਜਿੰਨੀ ਕੁ ਮੇਰੀ ਸਮਝ ਹੈ ਵੀ ਕਿਤੇ ਨਾ ਕਿਤੇ ਦੇਖੋ, ਕੋਸ਼ਿਸ਼ ਤਾਂ ਕਾਂਗਰਸ ਦੇ ਲੀਡਰ ਸਦਾ ਹੀ ਕਰਦੇ ਆਏ ਆ ਵੀ ਇਹ ਜਿਹੜਾ ਜ਼ੁਲਮ, ਇਹ ਜਿਹੜਾ ਪਾਪ ਗਾਂਧੀ ਫੈਮਿਲੀ ਨੇ ਕੀਤਾ, ਮੈਂ ਤਾਂ ਰਾਜੀਵ ਗਾਂਧੀ ਨੂੰ ਰਾਕਸ਼ਸ ਦਾ ਨਾਮ ਵਰਤਾਂਗਾ ਵੀ ਰਾਕਸ਼ਸਾਨਾ ਜਿਹੜਾ ਹਰਕਤ ਉਹਨੇ ਕੀਤੀ ਹੈ ਵੀ ਉਹਦੇ ਤੋਂ ਕਿਤੇ ਨਾ ਕਿਤੇ ਇਸ ਫੈਮਿਲੀ ਨੂੰ ਬਚਾਇਆ ਜਾ ਸਕੇ ਜਾਂ ਡਾਈਵਰਟ ਕੀਤਾ ਜਾ ਸਕੇ। ਨਰਸਿਮਹਾ ਰਾਓ ਵੱਲ, ਠੀਕ ਹੈ ਨਾ, ਵੀ ਨਰਸਿਮਹਾ ਰਾਓ ਨੂੰ ਅਸੀਂ ਕਿਹਾ ਉਹਨੇ ਕੁਛ ਕੀਤਾ ਨਹੀਂ। ਐਂਡ ਪੀਰ ਮੁਹੰਮਦ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ, ਰਾਹੁਲ ਗਾਂਧੀ ਉਸ ਖਾਨਦਾਨ ਦਾ ਬੇਟਾ ਰਾਜੀਵ ਗਾਂਧੀ ਦਾ, ਐਂਡ ਜੇ ਉਹ ਸੋਚਦਾ ਵੀ ਸੱਤਾ ਮੈਨੂੰ ਮਿਲੂਗੀ, ਗੱਲਾਂ ਸਹੀ ਹੈ, ਦੁਆਵਾਂ ਬਦਦੁਆਵਾਂ ਜ਼ਿੰਦਗੀ ਦਾ ਹਿੱਸਾ ਨੇ, ਐਂਡ ਜੋ ਉਹਦੇ ਫਾਦਰ ਨੇ ਰਾਕਸ਼ਸ ਦਾ ਰੂਪ ਧਾਰ ਕੇ ਇੱਕ ਕੌਮ ਦੇ ਨਾਲ ਕੀਤਾ, ਉਹ ਸਾਰੀ ਉਮਰ ਉਹ ਜੇ ਚਾਹੇ ਸੱਤਾ, ਉਹ ਸੱਤਾ ਨਹੀਂ ਉਹਨੂੰ ਮਿਲੇਗੀ। ਇਹ ਇੱਕ ਸ਼ਰਾਪ ਕਹਿ ਲਓ ਜਿਹੜਾ ਕਿ ਉਹਨਾਂ ਨੂੰ ਮਿਲ ਚੁੱਕਾ ਇਸ ਫੈਮਿਲੀ ਨੂੰ, ਉਹਦੇ 'ਚੋਂ ਨਿਕਲਣਾ ਉਹਨਾਂ ਲਈ ਬਹੁਤ ਮੁਸ਼ਕਲ ਹੈ। ਅਤੇ ਮਨਮੋਹਨ ਸਿੰਘ ਜੀ ਨੂੰ ਕਿਤਾਬ ਲਿਖਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ, ਸੱਚਾਈ ਤਾਂ ਲੋਕਾਂ ਨੂੰ ਪਤਾ ਹੀ ਹੈ, ਪਰ ਖਾਸ ਕਰਕੇ ਇਹਨਾਂ ਦੇ ਮੂੰਹ, ਇਹਨਾਂ ਦੇ ਜਿਹੜੇ ਲਫ਼ਜ਼ ਲਿਖੇ ਹੋਣਗੇ ਉਹਨਾਂ ਦਾ ਇੰਪੈਕਟ ਬਹੁਤ ਡੂੰਘਾ ਜਾ ਸਕਦਾ। ਦੇਖੋ ਜੀ, ਉਹਨਾਂ ਨੂੰ ਮੇਨ ਗੱਲ ਤਾਂ ਇਹ ਕਰਨੀ ਚਾਹੀਦੀ ਹੈ ਕਿ ਰਾਜੀਵ ਗਾਂਧੀ ਦੀ ਕੀ ਸੋਚ ਸੀ, ਕਲੰਕ ਹੈ ਜਿਹੜਾ ਸਾਰਾ ਗੁਨਾਹ ਆ ਉਹ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਦੇ ਸਿਰ ਤੋਂ ਲਾ ਕੇ ਤੇ ਨਰਸਿਮਹਾ ਰਾਓ ਦੇ ਸਿਰ ਤੇ ਮੜਨਾ ਚਾਹੁੰਦੇ ਆ, ਕੋਈ ਇਹ ਵੀ ਕੋਈ ਗੱਲ ਹੋ ਸਕਦੀ? ਬਿਲਕੁਲ ਬਿਲਕੁਲ, ਉਹਦਾ ਕਾਰਨ ਇਹ ਹੈ ਕਿ ਸਰਦਾਰ ਮਨਮੋਹਨ ਸਿੰਘ ਦੀ ਸ਼ਖਸੀਅਤ ਦੇਖੋ, ਇੱਕ ਤੋਂ ਬਹੁਤ ਘੱਟ ਬੋਲਦੇ ਆ, ਦੂਸਰਾ ਬਹੁਤ ਨਾਪ ਤੋਲ ਕੇ ਬੋਲਦੇ ਆ, ਸੋਚ ਸਮਝ ਕੇ ਕੀ ਕਰਨਾ, ਅਤੇ ਇਹ ਇੱਕ ਯੋਜਨਾਬੱਧ ਤਰੀਕੇ ਨਾਲ ਵੀ ਬੋਲੀ ਹੋਈ ਗੱਲ ਹੋ ਸਕਦੀ ਹੈ ਔਰ ਇਹ ਬਿਲਕੁਲ ਸਹੀ ਹੈ। ਔਰ ਮਨਮੋਹਨ ਸਿੰਘ ਉਹਨਾਂ ਦੇ ਬੋਲਣ ਨਾਲ ਕੋਈ ਗੱਲ ਇਹ ਨਹੀਂ ਹੋ ਜਾਣੀ ਕਿ ਕਾਂਗਰਸ ਦਾ ਕੋਈ ਧੱਬਾ ਜਾਂ ਇਹਨਾਂ ਦਾ ਗਾਂਧੀ ਫੈਮਿਲੀ ਦਾ ਧੱਬਾ ਧੁੱਲ ਜਾਏਗਾ, ਉਹ ਨਹੀਂ ਧੁੱਲਣਾ, ਉਹਦੇ ਪਰ ਉਸ ਪਰਿਵਾਰ ਤੋਂ ਡਾਈਵਰਟ ਕਰਨ ਦੀ ਕੋਸ਼ਿਸ਼ ਹੈ, ਇਹ ਹੋ ਸਕਦੀ ਹੈ, ਪਰ ਸਰਦਾਰ ਮਨਮੋਹਨ ਸਿੰਘ ਵਰਗੇ ਵਿਅਕਤੀ ਨੂੰ ਘੱਟੋ ਘੱਟ ਇਹਨਾਂ ਸਾਜ਼ਿਸ਼ਾਂ 'ਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਅਤੇ ਮੈਂ ਇਹ ਸਮਝਦਾ। ਔਰ ਦੂਜੇ ਪਾਸੇ ਮੈਂ ਇੱਕ ਚੀਜ਼ ਤੁਹਾਨੂੰ ਐਗਜ਼ਾਮਪਲ ਹੋਰ ਦੇ ਦਿੰਦਾ, ਦੇਖੋ ਇਹ ਸਰਕਾਰ ਦੀ ਤਰਫੋਂ, ਕਾਂਗਰਸ ਦੀ ਤਰਫੋਂ ਕੀਤਾ ਗਿਆ, ਇਸ ਕਰਕੇ ਕਾਰਾ ਹੈਗਾ ਜਿਹੜਾ 1984 ਦਾ, ਦੰਗੇ ਗੁਜਰਾਤ 'ਚ ਵੀ ਹੋਏ ਆ,
ਬਿਲਕੁਲ ਉੱਥੇ ਵੀ ਆਰੋਪ ਲੱਗਿਆ ਕਿ ਉੱਥੋਂ ਦੀ ਸਰਕਾਰ ਨੇ ਕਰਵਾਏ। ਮੋਦੀ ਸਾਹਿਬ 'ਤੇ ਸਿੱਧਾ ਇਲਜ਼ਾਮ ਲੱਗਿਆ ਸੀ। ਹਾਂ, ਇੱਥੋਂ ਤੱਕ ਕਿ ਮਾਇਆ ਕੋਡਨਾਨੀ ਉੱਥੋਂ ਦੀ ਮਿਨਿਸਟਰ ਸੀ, ਉਹਨੂੰ 20 ਸਾਲ ਦੀ ਸਜ਼ਾ ਹੋਈ, ਬਿਲਕੁਲ, ਅਤੇ ਉਮਰ ਕੈਦ ਹੋ ਗਈ ਸੀ, ਬਿਲਕੁਲ। ਉਸ ਤੋਂ ਬਾਅਦ ਕੀ ਹੋਇਆ ਕਿ ਉੱਥੇ ਦੰਗਾ ਕਰਨ ਵਾਲੇ ਜਿਹੜੇ ਲੋਕ ਸੀ, ਜਿਹੜੇ ਕਤਲੇਆਮ ਕਰ ਰਹੇ ਸੀ, ਉਹ 179 ਦੇ ਕਰੀਬ ਜਿਹੜੇ ਆ ਉਹ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ। ਅੱਛਾ, ਠੀਕ ਹੈ। ਔਰ ਇੱਥੇ 3 ਦਿਨ ਲਗਾਤਾਰ ਹੋਇਆ, ਬੇਰੋਕ ਟੋਕ ਹੋਇਆ, ਔਰ ਇੱਕ ਵੀ ਦੰਗਾ ਕਰਨ ਵਾਲਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ। ਔਰ ਫਿਰ ਕੀ ਹੋਇਆ ਕਿ 20-20 ਸਾਲ ਤੱਕ ਮੁਕੱਦਮੇ ਹੀ ਨਹੀਂ ਦਰਜ ਹੋਏ, ਲੰਬਾ ਸਮਾਂ ਨਿਕਲ ਗਿਆ। ਜਦੋਂ ਦੇਰ ਮੁਕੱਦਮਿਆਂ 'ਚ ਹੁੰਦੀ ਹੈ ਤਾਂ ਸਬੂਤ ਨਸ਼ਟ ਹੋ ਜਾਂਦੇ, ਫਿਰ ਸਜ਼ਾ ਹੋਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਹ ਤਾਂ ਚਲੋ ਸਿੱਖ ਕੌਮ ਦਾ ਇਹ ਲੋਕ ਲੱਗੇ ਰਹੇ ਸਾਰੇ, ਅਤੇ ਇਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਕੁਛ ਥੋੜ੍ਹਾ ਬਹੁਤ ਉਹ ਵੀ ਮਾਮੂਲੀ ਸਜ਼ਾ ਮਿਲੀ। ਹਾਂ, ਅਤੇ ਇਸ ਕਰਕੇ ਇਹ ਸਰਕਾਰੀ ਨਸ਼ਲਕੁਸ਼ੀ ਸਿੱਧੀ ਸਿੱਧੀ ਸਾਬਤ ਹੁੰਦੀ ਆ, ਔਰ ਇਹ ਲੋਕਾਂ ਦੇ ਧਿਆਨ 'ਚ ਵੀ ਹੈ। ਪਰ ਹੁਣ ਤੁਸੀਂ ਇੱਕ ਗੱਲ ਜਿਹੜੀ ਛੇੜ ਲਈ ਹੈ, ਮੈਂ ਨਹੀਂ ਚਾਹੁੰਦਾ ਸੀ, ਪਰ ਤੁਸੀਂ ਛੇੜੀ ਹੈ ਗੱਲ, ਮੈਂ ਸਿਰਫ ਇਹਦੇ 'ਤੇ ਕੇਂਦਰਿਤ ਰਹਿਣਾ ਚਾਹੁੰਦਾ ਸੀ। ਪਰ ਜੇ ਅਸੀਂ ਗੱਲ ਕਰੀਏ ਗੁਜਰਾਤ ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਮੁਸਲਮਾਨਾਂ ਦਾ ਕਤਲੇਆਮ ਹੋਇਆ, ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਪੈਰਵਾਈਆਂ ਹੋ ਰਹੀਆਂ ਜਿਵੇਂ ਸਿੱਖਾਂ ਦੇ ਕਤਲੇਆਮ ਦੇ ਵਿੱਚ ਹੋ ਰਹੀਆਂ। ਉਸੇ ਤਰ੍ਹਾਂ ਹੀ ਉਹਨਾਂ ਦੇ ਗੁਨਾਹਗਾਰਾਂ ਦੇ ਖਿਲਾਫ਼ ਕੇਸ ਦਰਜ ਨਹੀਂ ਕੀਤੇ ਗਏ। ਉਸੇ ਤਰ੍ਹਾਂ ਹੀ ਪੁਲਿਸ ਉੱਥੇ ਜਿਹੜਾ ਜੇ ਕਿਸੇ ਨੇ ਪੈਰਵੀ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਕਿਨਾਰੇ ਲਾਇਆ ਗਿਆ ਆ। ਇਹਨੂੰ ਤੁਸੀਂ ਕਿਵੇਂ ਬਚਾ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦੇ ਇਨਸਾਫ਼ ਦੇ ਰਹੀ ਹੈ, ਕਾਂਗਰਸ ਨੇ ਇਨਸਾਫ਼ ਨਹੀਂ ਦਿੱਤਾ? ਇਹ ਬਿਲਕੁਲ ਗਲਤ ਗੱਲ ਆ। ਜਦੋਂ ਮੈਂ ਤੁਹਾਨੂੰ ਹੁਣੇ ਦੱਸ ਕੇ ਦਿੱਤੇ ਕਿ ਉੱਥੋਂ ਦੀ ਕੈਬਨਿਟ ਮਿਨਿਸਟਰ ਮਾਇਆ ਕੋਡਨਾਨੀ, ਉਹਨੂੰ ਸਜ਼ਾ ਹੋ ਗਈ? ਨਹੀਂ, ਇੱਕ ਨੂੰ ਜੇ ਉਹ ਤਾਂ ਇੱਕ ਨੂੰ ਕਿਉਂ ਹੋਈ ਹੈ, ਬਾਕੀਆਂ ਨੂੰ ਵੀ ਹੋਈਆਂ ਨੇ, ਬਾਕੀਆਂ ਦੇ ਮੁਕੱਦਮੇ ਵੀ ਦਰਜ ਹੋਏ, ਉਹਨਾਂ ਨੂੰ ਸਜ਼ਾ ਵੀ ਹੋਈਆਂ। ਅਤੇ ਜਿੰਨੇ ਵੱਡੀ ਪੱਧਰ 'ਤੇ ਕਤਲੇਆਮ ਹੋਇਆ ਔਰ ਜਿੰਨੀ ਵੱਡੀ ਪੱਧਰ 'ਤੇ ਉਹਦੇ 'ਚ ਗੁਨਾਹਗਾਰਾਂ ਦੇ ਜਿਹੜੇ ਗਿਣਤੀ ਹੈ ਉਹਨੇ ਲੋਕਾਂ 'ਤੇ ਨਹੀਂ ਹੋਈ, ਉਹ ਇਹ ਇੱਕੋ ਜਗ੍ਹਾ ਸੀ, ਗੋਧਰਾ ਸੀ ਇਹ ਪੂਰੇ। ਔਰ ਗੁਜਰਾਤ ਦੇ ਜਿਹੜੇ ਦੰਗੇ ਹੋਏ ਉਹ 7 ਜ਼ਿਲ੍ਹਿਆਂ 'ਚ ਹੋਏ ਆ, ਪੂਰੇ ਗੁਜਰਾਤ 'ਚ ਨਹੀਂ ਹੋਏ, ਬੇਰੋਕ ਟੋਕ ਨਹੀਂ ਹੋਏ, ਇਹ ਤਾਂ ਪੂਰੇ ਦੇਸ਼ 'ਚ ਹੋਏ ਔਰ ਬੇਰੋਕ ਟੋਕ ਹੋਇਆ ਜੀ। ਗਰੇਵਾਲ ਜੀ, ਆਪਾਂ ਜੇ ਵੀਡੀਓ ਦੇਖੀਏ ਤਾਂ ਘਰਾਂ ਦੇ ਵਿੱਚ, ਪੀਰਮਮ ਜੀ ਮੈਂ ਤੁਹਾਡਾ ਇਹਦੇ 'ਤੇ ਜ਼ਰੂਰ ਵਿਚਾਰ। ਦੇਖੋ, ਮੈਨੂੰ ਯਾਦ ਹੈ ਕਿ ਅਸੀਂ ਜਦੋਂ ਗੋਧਰਾ ਕਾਂਡ ਹੋਇਆ ਸੀ ਅਤੇ ਅਸੀਂ ਇੱਕ ਸਦਭਾਵਨਾ ਜਿਹੜਾ ਵਫਦ ਲੈ ਕੇ ਉੱਥੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲੇ ਸੀ ਗਾਂਧੀ ਨਗਰ, ਔਰ ਉਸ ਦੇ ਵਿੱਚ ਹਿੰਦੂ ਵੀ ਹੈਗੇ ਸੀ, ਉਸ ਦੇ ਵਿੱਚ ਮੁਸਲਮਾਨ ਵੀ ਹੈਗੇ ਸੀ। ਜਦੋਂ ਅਸੀਂ ਉਹਨਾਂ ਨਾਲ ਬੈਠੇ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਤਾਂ ਉਹਨਾਂ ਨੇ, ਤੁਸੀਂ ਦੇਖੋ ਮੁੱਖ ਮੰਤਰੀ ਇਤਰਾਜ਼ ਜ਼ਾਹਰ ਕਰ ਰਿਹਾ, ਕੀ ਇਤਰਾਜ਼ ਜ਼ਾਹਰ ਕਰ ਰਿਹਾ ਕਿ ਉਹਨਾਂ ਨੇ ਮੋਦੀ ਜੀ ਨੇ, ਮੋਦੀ ਜੀ ਕਹਿੰਦੇ ਉਹਨਾਂ ਨੇ ਇਕੱਲੇ ਇਕੱਲੇ ਇੰਟਰੋਡਿਊਸ ਪਹਿਲਾਂ ਤਾਂ ਕਰਵਾਇਆ ਗਿਆ, ਹਾਂ ਤੁਸੀਂ ਕਿੱਥੋਂ? ਮੈਂ ਜੀ ਮੈਂ ਚੰਡੀਗੜ੍ਹ ਤੋਂ। ਕਹਿੰਦੇ ਮੈਂ ਸੁਖਨਾ ਝੀਲ, ਮੈਂ ਹਰ ਚੀਜ਼ ਨੂੰ ਜਾਣਦਾ, ਚੰਡੀਗੜ੍ਹ ਮੈਂ ਬਹੁਤ ਰਿਹਾ। ਫਿਰ ਉਹਨਾਂ ਨੇ ਕਿਸੇ ਹਿੰਦੂ ਨੂੰ ਪੁੱਛਿਆ, ਫਿਰ ਮੁਸਲਮਾਨ ਨੂੰ ਪੁੱਛਿਆ, ਇਸਾਈ ਨੂੰ ਪੁੱਛਿਆ, ਇੱਕ ਵਫਦ ਅਸੀਂ ਗਏ ਸੀ, ਤਾਂ ਉਹਨਾਂ ਨੇ ਮੌਲਵੀ ਨੂੰ ਸੰਬੋਧਨ ਹੁੰਦਿਆਂ ਕਿਹਾ, ਮੋਦੀ ਜੀ ਨੇ, ਕਿ ਦੇਖੋ ਜੀ ਜਦੋਂ ਪਾਕਿਸਤਾਨ ਦਾ ਮੈਚ ਹੁੰਦਾ ਤਾਂ ਉਦੋਂ ਜਦੋਂ ਭਾਰਤ ਦੇ ਵਿੱਚ ਉਹ ਮੈਚ ਚੱਲ ਰਿਹਾ ਹੁੰਦਾ ਤਾਂ ਤੁਹਾਰੇ ਲੋਕ ਜਿਹੜਾ ਨਾ ਤਾੜੀ ਲਗਾਤੇ ਜਦੋਂ ਪਾਕਿਸਤਾਨ ਜਿੱਤ ਜਾਂਦਾ, ਠੀਕ ਹੈ, ਕਹਿੰਦਾ ਆਪਣੀ ਸੋਚ ਕੋ ਨਜ਼ਰੀਏ ਕੋ ਬਦਲੋ, ਇਹ ਉਹਨਾਂ ਨੇ ਉਸ ਵਕਤ ਕਿਹਾ। ਫਿਰ ਅਸੀਂ ਉਹਨਾਂ ਨੂੰ ਚੈੱਕ ਦਿਖਾਏ, ਅਸੀਂ ਆਖਿਆ ਜੀ ਆਹ 16 ਰੁਪਏ ਦਾ ਚੈੱਕ ਆ, 26 ਰੁਪਏ ਦਾ ਚੈੱਕ, ਇਹ ਦੱਸੋ ਜੀ ਇਹ ਮੁਆਵਜ਼ਾ ਕਿਸ ਤਰ੍ਹਾਂ ਦਾ? ਤਾਂ ਉਹਨਾਂ ਨੇ ਅੱਗੋ ਜਵਾਬ ਦਿੱਤਾ ਜੀ ਹਮ ਇਸਕੋ ਦੇਖੇਂਗੇ, ਇਸਕੀ ਜਾਂਚ ਕਰਾਏਗੇ, ਇਹ ਗੱਲ ਉਦੋਂ ਹੋਈ ਸੀ। ਮੈਂ ਗੱਲ ਕਹਿੰਦਾ ਕਿ ਘੱਟ ਗਿਣਤੀ ਜਿਹੜੀਆਂ ਕੌਮਾਂ ਨੇ ਉਹਨਾਂ ਪ੍ਰਤੀ, ਚਾਹੇ BJP ਹੈ, ਚਾਹੇ ਕਾਂਗਰਸ ਹੈ, ਚਾਹੇ ਕੋਈ ਹੋਰ ਸਰਕਾਰ ਆਉਂਦੀ ਹੈ, ਉਹਨਾਂ ਨੂੰ ਆਪਣਾ ਰਵੱਈਆ ਠੀਕ ਕਰਨਾ ਚਾਹੀਦਾ। ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਵੋਟ ਬੈਂਕ ਦੀ ਖਾਤਰ ਤੁਸੀਂ ਕੁਝ ਲੋਕਾਂ ਨੂੰ ਜਿਹੜੇ ਤੁਸੀਂ ਮਰਵਾ ਕੇ ਜਾਂ ਤੁਹਾਡੀਆਂ ਖਮੋਸ਼ ਰਹਿ ਕੇ ਅਤੇ ਤੁਸੀਂ ਆਪਣਾ ਵੋਟ ਬੈਂਕ ਪੱਕਾ ਕਰਦੇ ਹੋ। ਇਹ BJP ਨੂੰ ਵੀ ਆਪਣੀ ਨੀਤੀ 'ਚ ਸੁਧਾਰ ਕਰਨਾ ਚਾਹੀਦਾ, ਅਤੇ ਕਾਂਗਰਸ ਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ ਇਸ ਮਸਲੇ 'ਤੇ। ਜਿਹੜਾ ਵੱਡਾ ਕਲੰਕ ਜਿਹੜਾ ਕਾਂਗਰਸ ਦੇ ਉੱਤੇ ਉਸੇ ਤਰ੍ਹਾਂ ਦਾ ਹੀ ਕਲੰਕ ਹੈ ਜਿਸ ਤਰੀਕੇ ਦਾ ਹਿਟਲਰ ਦੇ ਉੱਤੇ ਕਲੰਕ ਹੈ, ਔਰ ਹਿਟਲਰ ਦਾ ਅੱਜ ਦੋਸ਼ ਜਿਹੜਾ ਅੱਜ ਤੱਕ ਵੀ ਜੱਗ ਜ਼ਾਹਰ ਹੋ ਰਿਹਾ। ਜਿਹੜੇ ਲੋਕ ਉਸ ਦੇ ਨਾਲ ਇਨਵੋਲਵ ਸਨ ਉਹਨਾਂ ਨੂੰ ਅੱਜ ਤੱਕ ਉੱਥੋਂ ਦੀਆਂ ਸਰਕਾਰਾਂ ਫੜ ਫੜ ਕੇ ਸਜ਼ਾਵਾਂ ਦੇ ਰਹੀਆਂ। ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਨੇ ਪਤਾ ਲੱਗ ਜਾਂਦਾ ਕਿ ਹਿਟਲਰ ਦੀ ਫੌਜ ਦੇ ਵਿੱਚ ਸੀ, ਇਹਨਾਂ ਨੇ ਜ਼ੁਲਮ ਤਸ਼ੱਦਦ ਕੀਤਾ, ਤਾਂ ਉਹਨਾਂ ਦੇ ਉੱਤੇ ਅੱਜ ਵੀ ਦੋਸ਼ ਉਹ ਬਰਕਰਾਰ ਹੈ। ਇਹੋ ਹੀ ਦੋਸ਼ ਜਿਹੜਾ ਹੈ ਕਾਂਗਰਸ ਦੇ ਉੱਤੇ ਆ, ਔਰ ਕਾਂਗਰਸ ਇਹ ਕਦੇ ਵੀ ਆਪਣਾ ਧੋ ਨਹੀਂ ਸਕਦੀ। ਕਦੇ ਉਹ ਡਾਕਟਰ ਮਨਮੋਹਨ ਸਿੰਘ ਨੂੰ ਅੱਗੇ ਕਰਦੀ, ਕਦੀ ਕਿਸੇ ਨੂੰ, ਉਹਨਾਂ ਨੂੰ ਖੁਦ ਗਾਂਧੀ ਪਰਿਵਾਰ ਨੂੰ ਅੱਗੇ ਆ ਕੇ ਮਾਫ਼ੀ ਮੰਗਦੀ। ਬ੍ਰੇਕ ਤੋਂ ਬਾਅਦ ਆ ਕੇ ਅਸੀਂ ਗੱਲ ਕਰਾਂਗੇ ਗਿੱਲ ਸਾਹਿਬ ਨਾਲ ਕਿ ਨਰਸਿਮਹਾ ਰਾਓ ਨੂੰ ਸਾਰਾ ਜਿਹੜਾ ਦੋਸ਼ ਹੈ ਉਹਦੇ ਸਿਰ ਮੜਨਾ ਔਰ ਗਾਂਧੀ ਪਰਿਵਾਰ ਨੂੰ ਬਚਾਉਣਾ,
ਇਹਦੇ ਪਿੱਛੇ ਕਾਰਨ ਕੀ ਹੈ, ਕੀ ਕਾਰਨ ਕੀ ਮਤਲਬ ਵਾਕਿਆ ਹੀ ਕਿ ਨਰਸਿਮਾ ਰਾਓ ਹੀ ਸੂਤਰਧਾਰ ਨੇ ਉਸ ਕਤਲੇਆਮ ਦੇ, ਉਸ ਦੁਕਾਨ ਦੇ? ਇਹ ਸਮਝਣ ਦੀ ਲੋੜ ਹੈ। ਬਰੀਕ ਤੰਦਾ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ, ਔਰ ਉਹ ਵੀ ਬੜੀ ਵੱਡੀ ਸ਼ਖਸੀਅਤ ਨੂੰ ਇਹਦੇ ਵਿੱਚ ਵਰਤਿਆ ਗਿਆ ਆ, ਵਰਤੇ ਗਏ ਹੈ ਜਾਂ ਇਹਨਾਂ ਦੇ ਆਪ ਦੇ ਦਿਮਾਗ ਦੀ ਕਾਢ ਹੈ, ਅਸੀਂ ਗੱਲ ਜਾਰੀ ਰੱਖਾਂਗੇ। ਆਖਰੀ ਸੈਗਮੈਂਟ 'ਤੇ ਕੋਈ ਅਸੀਂ ਆਖਰੀ ਸੈਗਮੈਂਟ ਵਿੱਚ ਸਮਝਣ ਦੇ ਯਤਨ ਕਰਾਂਗੇ ਕਿ ਇਹਦੇ ਪਿੱਛੇ ਮਨਮੋਹਨ ਸਿੰਘ ਦੀ ਮਜਬੂਰੀ ਕੀ ਹੈ ਇਸ ਬਿਆਨ ਦੇ ਪਿੱਛੇ, ਔਰ ਸੱਚਾਈ ਕੀ ਹੈ। ਹਾਲੇ ਤੱਕ ਵੀ ਸੱਚਾਈ ਜਿਹੜੀ ਹੈਗੀ ਸਾਹਮਣੇ ਨਹੀਂ ਆਈ, ਪਰ ਇਸ ਸੈਗਮੈਂਟ ਦੇ ਵਿੱਚ ਅਸੀਂ ਸੱਚਾਈ ਸਾਹਮਣੇ ਲੈ ਕੇ ਆਵਾਂਗੇ। ਤੁਸੀਂ ਬਣੇ ਰਹੋ, ਅਸੀਂ ਤੁਰੰਤ ਆਉਂਦੇ ਹਾਂ।